ਸ਼ਿਕਾਲ ਜੀ ਤੁਸੀਂ ਬਣੇ ਹੋ ਰੋਜ਼ਾਨਾ ਟਾਈਮਸ ਦੇ ਨਾਲ ਮੈਂ ਤਰਨਦੀਪ ਸਿੰਘ ਹੁੰਦੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਪਤੀ ਪਤਨੀ ਦਾ ਇੱਕ ਦੂਜੇ ਤੇ ਇਲਜ਼ਾਮ ਹੈ ਕਿ ਇਹਨਾਂ ਦੇ ਨਜਾਇਜ਼ ਸਬੰਧ ਨੇ ਤੁਹਾਨੂੰ ਦੱਸਦੀ ਇਹ ਮਾਮਲਾ ਪਿੰਡ ਬਾੜਾ ਤੇਲੀ ਦਾ ਹੈ ਜਿੱਥੇ ਜਿਹੜੀ ਪਤਨੀ ਆ ਉਹ ਪੁਲਿਸ ਦੇ ਵਿੱਚ ਹੈ ਔਰ ਪਤੀ ਦਾ ਇਲਜ਼ਾਮ ਹੈ ਕਿ ਇਸ ਦਾ ਨਜਾਇਜ਼ ਸਬੰਧ ਹੈ ਚਾਰ ਚਾਰ ਪੰਜ ਪੰਜ ਮੁੰਡਿਆਂ ਨਾਲ ਇਹਦੇ ਸਬੰਧ ਹੈਗੇ ਸਰ ਇੱਕ ਨਾਲ ਨਹੀਂ ਹੈਗੇ ਸਰ ਮੇਰੇ ਨਾਲ ਡੇਢ ਸਾਲ ਹੋ ਗਿਆ ਇਹਦਾ ਕੋਈ ਵੀ ਰਿਲੇਸ਼ਨ ਨਹੀਂ ਹੈਗਾ ਬਿਲਕੁਲ ਵੀ ਇਹ ਜਦੋਂ ਮਰਜ਼ੀ ਮੇਰੇ ਗੱਲ ਪੈ ਜਾਂਦੀ ਹੈ ਵਿਅਕਤੀਆਂ ਦੀਆਂ ਤੁਸੀਂ ਫੋਟੋਆਂ ਕਰ ਰਹੇ ਸਕਰੀਨ ਦੇ ਗੜੀ ਕੀ ਨਾਂ ਕੀ ਇਹਨਾਂ ਦੇ ਤੇ ਕਿੱਥੋਂ ਕਿੱਥੋਂ ਦੇ ਵਿਅਕਤੀ ਨੇ ਸਰ ਇੱਕ ਤਾਂ ਇਹ ਮੁੰਡਾ ਹੈਗਾ ਮਲਟੋਏ ਦਾ ਹੈਗਾ ਨਵਜੀਤ ਇੱਕ ਆ ਮੁੰਡਾ ਹੈਗਾ ਕਵਲ ਸਿੰਘ ਕਾਲੀਆ ਇਹ ਹੈਗਾ ਸੁਖਪਾਲ ਸਿੰਘ ਭੁੱਲਰ ਐਮਐਲਏ ਦਾ ਸਾਬਕਾ ਦਾ ਪੀਏ ਰਿਹਾ ਸਰ ਨਵਜੀਤ ਸਿੰਘ ਜਿਹੜਾ ਉਹ ਵੀ ਇਹਦੇ ਨਾਲ ਜੋਬ ਕਰਦਾ ਪੰਜਾਬ ਪੁਲਿਸ ਦੇ ਵਿੱਚ ਹੀ ਸਰ ਜਿਹੜੇ ਹੁਣ ਇਹਦੇ ਨਾਲ ਹੁਣ ਮੁਲਾਜ਼ਮ ਜਿਨ੍ਹਾਂ ਨਾਲ ਇਹਦੇ ਹੁਣ ਵੀ ਰਿਲੇਸ਼ਨ ਹੈਗੇ ਇੱਕ ਸਰ ਕੁਲਵੀਰ ਸਿੰਘ ASI ਆ ਇੱਕ ਸਰ ਮੁਨਸ਼ੀ ਆ ਮੁੰਡਾ ਗੁਰਪ੍ਰੀਤ ਸਿੰਘ ਇਹ ਸਰ ਜਿਹੜਾ ਕੁਲਵੀਰ ਸਿੰਘ ਇਹ ਤਾਂ ਆਣ ਕੇ ਇੱਥੇ ਸਾਨੂੰ ਘਰੇ ਵੀ ਆ ਜਾਂਦਾ ਆਣ ਕੇ ਧਮਕੀਆਂ ਵੀ ਦਿੰਦਾ ਇਹ ਉਹਦੇ ਨਾਲ ਹੀ ਗੱਡੀ 'ਤੇ ਡੇਲੀ ਚੜ੍ਹ ਕੇ ਜਾਂਦੀ ਹੈ ਉਹਦੇ ਨਾਲ ਹੀ ਡੇਲੀ ਰਾਤ ਨੂੰ ਗੱਡੀ 'ਤੇ ਆਉਂਦੀ ਹੈ ਸਾਡੇ ਨੇੜੇ ਹੀ ਪਿੰਡ ਦੇ ਹੈਗੇ ਨੇ ਸਰ ਹੋਰ ਕੀ ਸਬੂਤ ਸਾਰੇ ਦਿਖਾਓ ਜੀ ਸਰ ਮੇਰੇ ਕੋਲ ਫੋਨ ਦੇ ਵਿੱਚ ਮੇਰੇ ਕੋਲ 10,000 ਪਰੂਫ ਹੈਗਾ ਅਤੇ ਸਕਰੀਨਸ਼ੋਟ ਅਤੇ ਵੀਡੀਓ ਇਹਨਾਂ ਦੀਆਂ ਹੈਗੀਆਂ ਸਰ ਮੇਰੇ ਕੋਲ A to Z ਸਾਰੇ ਪਰੂਫ ਹੈਗੇ ਮੈਂ ਪੈਨ ਡਰਾਈਵ ਦੇ ਵਿੱਚ ਵੀ ਪਰੂਫ ਆਏ ਹੋਏ ਆ ਇਸ ਸੰਬੰਧੀ ਕੋਈ ਬਹੁਤ ਵਾਰਾਂ ਨੂੰ ਪਿੰਡਿਆਂ ਨੂੰ ਜਾਂ ਕੋਈ ਥਾਣੇ ਜਾਂ ਕਿਤੇ ਲਿਖਤੀ ਤੁਸੀਂ ਦਿੱਤਾ ਹੈ ਕਿ ਇਹ ਨਜਾਇਜ਼ ਸਬੰਧ ਨੇ ਸਰ ਅੱਗੇ ਸਾਡੀ ਇਸ ਸੰਬੰਧ ਦੇ ਵਿੱਚ SPD ਸਰ ਗੁਰਨਾਮ ਸਿੰਘ ਹੋਣਾ ਕੋਲ ਸਾਡੀ ਇਨਕੁਆਇਰੀ ਹੋਈ ਸੀ ਅਤੇ ਉਹਦੇ ਵਿੱਚ ਉਹਨਾਂ ਨੇ ਇਹ ਚੀਜ਼ਾਂ ਜਿਹੜੀਆਂ ਕਿਹਾ ਸੀ ਵੀ ਹਾਂ ਇਹ ਚੀਜ਼ਾਂ ਸੱਚ ਨੇ ਜੋ ਵੀ ਮੈਂ ਉਹਨਾਂ ਨੂੰ ਸਬੂਤ ਦਿੱਤੇ ਸੀ ਵੀ ਇਹ ਸੱਚਾਈ ਹੈ ਜੀ ਹੁਣ ਕੀ ਕਾਰਨ ਕੀ ਹੁਣ ਤੁਹਾਡੀ ਲੜਾਈ ਕਿਹੜੀ ਗੱਲੋਂ ਹੋਈ ਹੈ ਸਰ ਉਸ ਦਿਨ 29 ਤਰੀਕ ਨੂੰ ਇਹ ਮੇਰੇ ਨਾਲ ਲੜ ਪਈ ਆ ਮੈਨੂੰ ਇਹ ਜਦੋਂ ਮੈਨੂੰ ਲੈ ਕੇ ਆਏ ਨਾ ਦਰਬਾਰ ਸਾਹਿਬ ਨੂੰ ਲੈ ਕੇ ਮੈਂ ਇਹਨਾਂ ਨੂੰ ਕਿਹਾ ਵੀ ਮੇਰੇ ਜਾਂ ਤਾਂ ਮੇਰੇ ਸਹੁਰੇ ਪਿੰਡ ਜਾ ਕੇ ਸਾਰੀ ਪੰਚਾਇਤ ਗੱਲ ਕਰੋ ਨਹੀਂ ਤਾਂ ਮੈਂ ਘਰ ਨਹੀਂ ਆਉਣਾ ਗਾ ਇਹ ਸਾਰੀ ਪੰਚਾਇਤ ਮੇਰੇ ਸਹੁਰੇ ਪਿੰਡ ਇਹ ਗੱਲ ਕਰਨ ਗਏ ਵੀ ਜਿੰਨੇ ਦਿਨ ਆਪਣਾ ਫੈਸਲਾ ਨਹੀਂ ਹੁੰਦਾ ਤੁਸੀਂ ਕੁੜੀ ਨੂੰ ਜਾਂ ਘਰੇ ਰੱਖ ਲਓ ਜਾਂ ਕੋਈ ਵੀ ਆ ਉਹਨਾਂ ਨੇ ਕੋਈ ਨਹੀਂ ਗੱਲ ਸੁਣੀ ਪੰਚਾਇਤ ਵਾਪਸ ਆ ਗਈ ਉਸੇ ਦਿਨ ਹੀ ਇਹਨਾਂ ਨੇ ਉਲਟਾ ਸਾਡੀ ਪੰਚਾਇਤ 'ਤੇ ਦਰਖਾਸਤ ਦਿੱਤੀ ਬਲਟੋਏ ਥਾਣੇ ਵੀ ਇਹ ਸਾਨੂੰ ਧਮਕੀਆਂ ਦੇ ਕੇ ਗਏ ਆ ਉਸ ਤੋਂ ਬਾਅਦ ਵਿੱਚ ਕੀ ਹੋਇਆ ਸਰ ਇਹ ਅੱਗੇ ਵੀ ਜਵਾਬ ਬੱਚੇ ਨੂੰ ਆਪਣੇ ਨਾਲ ਹੀ ਲੈ ਜਾਂਦੀ ਆ ਜਦੋਂ ਡਿਊਟੀ ਦੇ ਦੋ ਦੋ ਚਾਰ ਚਾਰ ਦਿਨ ਸਾਰੇ ਵਾਪਸ ਵੀ ਨਹੀਂ ਆਉਂਦੀ ਗੀ ਘਰੋਂ ਗਈ ਵਾਪਸ ਵੀ ਨਹੀਂ ਆਉਂਦੀ ਕਈ ਵਾਰੀ 10-10 ਦਿਨ ਜਿੱਥੇ ਮਰਜ਼ੀ ਲਾ ਆਉਂਦੀ ਆ ਮੈਂ ਡੇਅਰੀ ਦਾ ਕੰਮ ਕਰਦਾ ਮੇਰੀ ਡੇਅਰੀ ਆ ਸਰ ਮੈਂ ਡੇਅਰੀ 'ਤੇ ਗਿਆ ਹਾਂ 24 ਤਰੀਕ ਨੂੰ ਦੀਵਾਲੀ ਵਾਲੇ ਦਿਨ ਮੇਰੇ ਫਾਦਰ ਸਾਹਿਬ ਵੀ ਮੇਰੇ ਨਾਲ ਸੀ ਸਰ ਮੇਰੀ ਮਦਰ ਅਤੇ ਮੇਰਾ ਬੇਟਾ ਅਤੇ ਮੇਰੀ ਵਾਈਫ ਇਹ ਘਰੇ ਸੀ ਇਹ ਮੇਰਾ ਬੇਟਾ ਕਹਿੰਦਾ ਵੀ ਇਹ ਮੇਰੀ ਵਾਈਫ ਕਹਿੰਦੀ ਹੈ ਵੀ ਮੈਂ ਤੈਨੂੰ ਡਿਊਟੀ 'ਤੇ ਮੇਰੇ ਨਾਲ ਚੱਲ ਬੇਟਾ ਕਹਿੰਦਾ ਮੈਂ ਦਾਦੀ ਦੇ ਨਾਲ ਗੁਰਦੁਆਰੇ ਸਾਹਿਬ ਜਾਣਾ ਇਸੇ ਗੱਲੋਂ ਮੇਰੀ ਮੰਮੀ ਨੂੰ ਕਹਿੰਦੀ ਵੀ ਤੂੰ ਮੇਰੀ ਮੇਰੇ ਜਵਾਕ ਨੂੰ ਵਿਗਾੜਦੀ ਹੈ ਇਹ ਮੇਰੀ ਮੰਮੀ ਜਵਾਕ ਨੂੰ ਕੁੱਟਣ ਪੈ ਗਈ ਮੰਮੀ ਮੇਰੇ ਬੱਚੇ ਦੇ ਅੱਗੇ ਹੋ ਗਏ ਇਹਨੇ ਉਹ ਹੀ ਡਾਂਗ ਮੇਰੀ ਮਾਤਾ ਦੇ ਮਾਰੀ ਮੇਰੀ ਮਾਤਾ ਦੇ ਸੱਟਾਂ ਵੀ ਲੱਗੀਆਂ ਇਹਨੇ ਅੰਦਰ ਹੀ ਘਰੇ ਸੁੱਟ ਕੇ ਮੇਰੀ ਮਾਤਾ ਨੂੰ ਵਾਲਾਂ ਤੋਂ ਵੀ ਧੋਇਆ ਲੱਤਾਂ ਵੀ ਮਾਰਿਆ ਮੇਰੇ ਚਾਚੇ ਦਾ ਮੁੰਡਾ ਲੰਘਣ ਦਿਆ ਸੀ ਉਹਨਾਂ ਨੇ ਆਣ ਕੇ ਵੇਖਿਆ ਉਹਨਾਂ ਨੇ ਆਣ ਕੇ ਇਹਨਾਂ ਨੂੰ ਛਡਾਇਆ ਮੈਂ ਮੋਦਵਾਰ ਪਿੰਡ ਦੇ ਸਰਪੰਚ ਨੂੰ ਮੈਂ ਇਹਨਾਂ ਨੂੰ ਕਿਹਾ ਇਹਨੇ ਅਸੀਂ ਚੌਂਕੀ ਇੰਚਾਰਜ ਕੋਲ ਉੱਥੇ ਤਲਾਹ ਦਿੱਤੀ ਜਾ ਕੇ ਅਲਗੋਂ ਕੋਠੀ ਉੱਥੇ ਸਾਡੇ ਨਾਲ ਹੀ ASI ਸਰ ਗੁਰਨਾਮ ਸਰ ਸਾਡੇ ਨਾਲ ਹੀ ਆ ਗਏ ਨੇ ਮੈਂ ਆਣ ਕੇ ਆਪਦੀ ਮਾਤਾ ਨੂੰ ਸਿਵਲ ਹਸਪੀਟਲ ਘਰਿਆਲੇ ਲੈ ਗਿਆ ਇਹ ਘਰੇ ਹੀ ਬੈਠੀ ਰਹੀ ਇਸ ਨੇ ਕੀ ਕੀਤਾ 112 'ਤੇ ਕਾਲ ਕਰਕੇ ਥਾਣਾ ਵਲਟੋਆ ਤੋਂ ਫਿਰ ਪੁਲਿਸ ਮੰਗਾਈ ਆ ਉਹ ਮੇਰੇ ਫਾਦਰ ਸਾਹਿਬ ਨੂੰ ਚੁੱਕ ਕੇ ਲੈ ਗਏ ਉਹ ਮੇਰੇ ਫਾਦਰ ਸਾਹਿਬ ਨੂੰ ਚੁੱਕ ਕੇ ਲੈ ਗਏ ਜਦੋਂ ਇਹ ਗਈ ਆ ਪੁਲਿਸ ਦੇ ਨਾਲ ਹੀ ਘਰੋਂ ਗਈ ਆ ਸਾਰੇ ਪੁਲਿਸ ਦੇ ਨਾਲ ਘਰੋਂ ਗਈ ਆ ਪਰ ਇਹਨੇ ਕੀ ਕੀਤਾ ਇਹਨੇ ਵੇਖਿਆ ਵੀ ਇਹਨਾਂ ਨੇ ਜਦੋਂ ਜਾਂਦੀ ਦੀਆਂ ਸੀ ਇਹਦੀਆਂ ਵੀਡੀਓ ਸਾਰੇ ਸਾਡੇ ਕੋਲ ਹੈਗੇ ਵੀ ਇਹ ਬਿਲਕੁਲ ਸਹੀ ਜਾ ਰਹੀ ਹੈ ਇਹਨੇ ਜਾ ਕੇ ਪੱਟੀ ਮੋੜ 'ਤੇ ਕੋਲ ਇਹਨੇ ਝੂਠਾ ਬਣਾ ਲਿਆ ਵੀ ਸਾਨੂੰ ਇਹਨਾਂ ਸੱਟਾਂ ਲਾਈਆਂ ਹਾਲਾਂਕਿ ਸਰ ਅਸੀਂ ਘਰੇ ਹਾਂ ਜਾਂ ਗਿੱਲੋ ਮੇਰੇ ਫਾਦਰ ਸਾਹਿਬ ਦਾ ਥਾਣੇ ਵਲਟੋਏ ਹੈਗੇ ਮੈਂ ਆਪਦੀ ਮਾਤਾ ਦੇ ਕੋਲ ਗਿਆ ਇੱਕ ਤਾਂ ਸਾਰੇ ਇਹਨਾਂ ਦੀਆਂ ਟਾਵਰਾਂ ਦੀਆਂ ਲੋਕੇਸ਼ਨਾਂ ਸਾਡੇ ਕਢਾਉਣੀਆਂ ਚਾਹੀਦੀਆਂ ਵੀ ਸਾਡੀ ਲੋਕੇਸ਼ਨ ਕਿੱਥੇ ਆਉਂਦੀ ਆ ਦੂਜਾ ਸਰ ਇਹ ਹੁਣ ਜਿਹੜੇ ਵੀ ਮੁਲਾਜ਼ਮ ਇਹਦੇ ਨਾਲ ਰਲੇ ਹੋਏ ਆ ਨਾ ਸਰ ਉਲਟਾ ਸਾਡੇ ਉੱਤੇ ਝੂਠਾ ਪਰਚਾ ਪਾ ਰਹੇ ਨੇ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਜੀ ਪਰਚਾ ਦਰਜ ਹੋ ਗਿਆ ਜੀ ਹਾਂਜੀ ਸਰ ਉਹਨਾਂ ਨੇ ਸਾਡੇ 'ਤੇ ਝੂਠਾ ਪਰਚਾ ਦਰਜ ਕਰਤਾ ਸਰ ਜਿਹੜੀ ਮੇਰੀ ਮਾਤਾ ਅੱਜ 4 ਦਿਨ ਹੋ ਗਏ ਘਰਿਆਲੇ ਦਾਖਲ ਨੇ ਸਰ ਸਾਡੇ 'ਤੇ ਕੋਈ ਸੁਣਵਾਈ ਨਹੀਂ ਹੋ ਰਹੀ ਨਾ ਸਾਡੀ ਮਾਤਾ ਦੇ ਕੋਈ ਇੰਨਾ ਬਿਆਨ ਨਾ ਸਾਡਾ ਕੋਈ ਇਹਨਾਂ ਨੇ ਸਾਡੀ ਕਾਰਵਾਈ ਸਾਡੇ ਤੁਹਾਡੇ ਮਾਤਾ ਦੇ ਕੀ ਆਈਆਂ ਕੋਈ ਪਤਾ ਲੱਗਾ ਜੀ ਤੁਹਾਨੂੰ ਕੋਈ ਐਕਸਰੇ ਰਿਪੋਰਟ ਵਗੈਰਾ ਹਾਂਜੀ ਸਾਡੇ ਕੋਲ ਮਾਤਾ ਦੇ ਐਕਸਰੇ ਹੈਗੇ ਆ ਅਤੇ ਉਹਨਾਂ ਦੀ ਜਿਹੜੀਆਂ ਸੱਟਾਂ ਆਈਆਂ ਉਹ ਵੀ ਹੈਗੀਆਂ ਸਾਡੇ ਕੋਲ ਕੀ ਆਈਆਂ ਸੱਟਾਂ ਦੇ ਵਿੱਚ ਕੀ ਆਇਆ ਇੱਕ ਤਾਂ ਮਾਤਾ ਦੇ ਇਹਨਾਂ ਨੇ 2 ਉਂਗਲਾਂ ਤੋੜਤੀਆਂ ਹੈਗੀਆਂ ਅਤੇ ਬਾਕੀ ਇਹਨਾਂ ਸੋਟੇ ਦੀਆਂ ਸੱਟਾਂ ਹੈਗੀਆਂ
ਹਾਂਜੀ ਸਰ ਤੁਹਾਨੂੰ ਕੋਈ ਡਰਾਵਾ ਧਮਕਾਇਆ ਵੀ ਜਾਂਦਾ ਕੋਈ ਪੁਲਿਸ ਮੁਲਾਜ਼ਮਾਂ ਵੱਲੋਂ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਕਿ ਇਹਨਾਂ ਦੇ ਪੁਲਿਸ ਮੁਲਾਜ਼ਮਾਂ ਨਾਲ ਰਿਲੇਸ਼ਨ ਆ ਜਾਂ ਕੋਈ ਇੱਕ ਉੱਚ ਅਫਸਰਾਂ ਵੱਲੋਂ ਜਾਂ ਕੋਈ ਹੇਠਲੇ ਪੁਲਿਸ ਮੁਲਾਜ਼ਮਾਂ ਕੋਲ ਡਰਾ ਧਮਕਾਇਆ ਜਾਂਦਾ ਤੁਹਾਨੂੰ ਕੋਈ ਇੱਦਾਂ ਦਾ ਸਰ ਇਹ ਜਿੰਨੇ ਵੀ ਮੁਲਾਜ਼ਮ ਇਹਦੇ ਨਾਲ ਨੇ ਸਾਰੇ ਮਤਲਬ ਇਹਦਾ ਸਾਥ ਦੇ ਰਹੇ ਆ ਝੂਠੀ ਹੋਣ ਦੇ ਬਾਵਜੂਦ ਵੀ ਡਰਾ ਧਮਕਾ ਵੀ ਰਹੇ ਸਾਡੀ ਸਰ ਕੋਈ ਸੁਣਵਾਈ ਨਹੀਂ ਹੋ ਰਹੀ ਇੱਥੋਂ ਤੱਕ ਕਰਕੇ ਮੇਰੇ ਕੋਲ ਕਈ SHO ਸਰ ਤੱਕ ਉਹਨਾਂ ਦੇ ਨਾਲ ਵੀ ਇਹਦੇ ਰਿਲੇਸ਼ਨਾਂ ਦੀਆਂ ਮੇਰੇ ਕੋਲ ਵੈਸੇ ਤਾਂ ਉਹ ਵੀ ਪਰੂਫ ਹੈਗੇ ਆ ਮੈਂ ਬਕਾਇਦਾ ਸਾਰੇ ਪਰੂਫ ਦੇ ਸਕਦਾ ਸਾਡੀ SHO ਸਰ ਜਿਹੜੇ ਸਦਰ ਥਾਣਾ ਵਾਲੇ ਉਹ ਵੀ ਨਹੀਂ ਸਾਡੀ ਗੱਲ ਸੁਣ ਰਹੇ ਨਾ ਸਾਡੀ ਵਲਟੋਏ ਥਾਣੇ ਵਾਲੇ ਸਾਡੀ ਮੇਰੀ ਮਾਤਾ ਦੇ ਜਿਹੜੀਆਂ ਸੱਟਾਂ ਲੱਗੀਆਂ ਉਹਨਾਂ ਦਾ ਵੀ ਕੋਈ ਉਹ ਬਿਆਨ ਕੁਛ ਨਹੀਂ ਕਾਰਵਾਈ ਕਰ ਰਹੇ ਉਲਟਾ ਇਹਨਾਂ ਨੇ ਸਾਡੇ 'ਤੇ ਪਰਚਾ ਦੇ ਦਿੱਤਾ ਆ ਕੀ ਮੰਗ ਕੀ ਕਰਦੇ ਸਰ ਅਸੀਂ ਇੱਕ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹੀ ਕਹਿੰਦੇ ਹਾਂ ਵੀ ਸਾਨੂੰ DGP ਸਰ ਨੂੰ ਅਸੀਂ ਇਹੀ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਇਹ ਉੱਚ ਪੱਧਰੀ ਇਹਨਾਂ ਦੀ ਇਨਕੁਆਇਰੀ ਕਰਾਈ ਜਾਵੇ ਬਿਲਕੁਲ ਇਹ ਮੇਰੀ ਘਰ ਵਾਲੀ ਦੇ ਨੰਬਰਾਂ ਦੀ ਜਾਂਚ ਕਰਵਾਈ ਜਾਵੇ ਜਿਹੜੇ ਜਿਹੜੇ ਬੰਦੇ ਆ ਦੇ ਮੈਂ ਨਾਮ ਲਏ ਆ ASI ਕੁਲਬੀਰ ਸਿੰਘ ਗੁਰਪ੍ਰੀਤ ਸਿੰਘ ਬਾਕੀ ਵੀ ਜਿਹੜੇ ਇਹਦੇ ਨਾਲ ਮੁਲਾਜ਼ਮ ਰਲੇ ਹੋਏ ਉਹਨਾਂ ਦੇ ਨੰਬਰਾਂ ਦੀ ਵੀ ਜਾਂਚ ਕਰਵਾਈ ਜਾਵੇ ਸਰ ਜੇਕਰ ਸਾਨੂੰ ਇਨਸਾਫ ਨਹੀਂ ਮਿਲਿਆ ਸਰ ਮੈਂ ਅੱਗੇ ਵੀ ਸੂਸਾਈਡ ਕਰਨ ਲਈ ਚਲਾ ਗਿਆ ਪਰ ਸਰ ਇਸ ਵਾਰ ਅਸੀਂ ਸਾਰੀ ਫੈਮਿਲੀ ਸੂਸਾਈਡ ਕਰ ਲਾਂਗੇ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਪੰਜਾਬ ਪੁਲਿਸ ਹੋਊਗੀ ਅਤੇ ਸਰ ਮੇਰੀ ਘਰ ਵਾਲੀ ਹੋਏਗੀ ਫੋਟੋਆਂ ਇੱਕ ਵਾਰੀ ਦਿਖਾ ਦਿਓ ਜਿਹੜੀਆਂ ਤੁਸੀਂ ਲੈ ਕੇ ਪਹਿਲਾਂ ਉਧਰ ਬਾਈਕ ਕਰ ਲਈਏ ਸਰ ਇਹ ਜਿਹੜੀਆਂ ਫੋਟੋਆਂ ਇਹ ਕੀ ਕਾਰਨ ਹੈ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜੀ ਤੁਹਾਡੇ ਵੱਲੋਂ ਸਰ ਜਿਹੜੀ ਮੇਰੀ ਨੂੰਹ ਆ ਜਦੋਂ ਦਾ ਵੀ ਮੇਰੇ ਬੱਚੇ ਦਾ ਵਿਆਹ ਆ ਨਾ ਅਸੀਂ ਉਸ ਤੋਂ ਹੀ ਉਸ ਦਿਨ ਤੋਂ ਹੀ ਇਹਦੇ ਰਿਲੇਸ਼ਨ ਕਿਤੇ ਬਾਹਰ ਹੈਗੇ ਸੀ ਸਾਨੂੰ ਤਾਂ ਪਤਾ ਨਹੀਂ ਸੀ ਇਸ ਲਈ ਉਸ ਦਿਨ ਤੋਂ ਹੀ ਬੱਚੇ ਨੂੰ ਇੰਨਾ ਟਾਰਚਰ ਕੀਤਾ ਇੰਨਾ ਤੰਗ ਕੀਤਾ ਮੇਰਾ ਬੱਚਾ ਅੱਧਾ ਹੋ ਗਿਆ ਸੁੱਕ ਕੇ ਅਤੇ ਮੈਂ ਵੀ ਐਡਾ ਦੁਖੀ ਹੋਇਆ ਹੈ ਮੈਂ ਵੀ ਕਈ ਵਾਰੀ ਇੱਥੋਂ ਘਰੋਂ ਨਿਕਲਣ ਨੂੰ ਕਰਦਾ ਹੈ ਪਰ ਇਹ ਟੱਸ ਤੋਂ ਮਸ ਨਹੀਂ ਹੋਈ ਇਸ ਨੂੰ ਅਸੀਂ ਬਹੁਤ ਸਮਝਾਇਆ ਅਸੀਂ ਤਾਂ ਮੋਹਤਬਾਰਾਂ ਦੇ ਜਿਨ੍ਹਾਂ ਨੇ ਵੀ ਇਹਨੂੰ ਰਿਸ਼ਤੇ ਕਰਾਇਆ ਸਾਨੂੰ ਅਸੀਂ ਤਾਂ ਉਹਨਾਂ ਦੇ ਆਕੇ ਲਾ ਕੇ ਅਤੇ ਚੱਲ ਫਿਰ ਦੁਬਾਰਾ ਵੀ ਇਹਨੇ ਅੱਗੇ ਸਾਡੇ 'ਤੇ ਪਰਚਾ ਕਰਾ ਕੇ ਮੈਨੂੰ ਚੁਕਵਾ ਛੱਡਿਆ ਹੈ ਮੇਰੇ ਬੱਚੇ ਨੂੰ ਚੁਕਵਾ ਛੱਡਿਆ ਮੇਰੀ ਲੜਕੀ ਦਾ ਕੁਆਰੀ ਦਾ ਇਹਨੇ ਪਰਚਾ ਕਰਾ ਛੱਡਿਆ ਇਹਨੇ ਜਿਹੜਾ ਕਿ ਸਰਾਸਰ ਝੂਠ ਸੀ ਉਹ ਵੀ ਕੁਲਬੀਰ ਜਿਹੜਾ ASI ਆ ਉਸ ਦੀ ਕਾਰਵਾਈ ਸਾਰੀ ਇਲਜ਼ਾਮ ਲਾ ਰਹੇ ਹੋ ਕਿ ਇਹਨੇ ਬਾਹਰ ਨਜਾਇਜ਼ ਸਬੰਧ ਸੀਗੇ ਤੁਹਾਡੇ ਕੋਲ ਕੀ ਪ੍ਰੂਫ ਨੇਗੇ ਸਰ ਇਹਦੇ ਤਾਂ ਇਹ ਤਰਨ ਤਾਰਨ ਨੂੰ DSP ਗੁਰਨਾਮ ਸਿੰਘ ਨੇ ਇਹਦੀ ਸਾਰੀ ਇਨਕੁਆਇਰੀ ਕੀਤੀ ਆ ਇਹਦੀਆਂ ਫੋਟੋਆਂ ਹੋਈਆਂ ਲੋਕੇਸ਼ਨਾਂ ਹੈਗੀਆਂ ਹਰ ਇੱਕ ਚੀਜ਼ ਇਹਦਾ ਸਾਡੇ ਕੋਲ ਪਰੂਫ ਆ ਅਸੀਂ ਬੜੀ ਯਾਰੀ ਉੱਥੋਂ ਵੀ ਅਸੀਂ ਜਿੱਤਦੇ ਸੀ ਉਹਨਾਂ ਸਾਨੂੰ ਸਾਡੇ ਹੱਕ ਦੇ ਵਿੱਚ ਸਾਰਾ ਵੀ ਤੁਸੀਂ ਸਹੀ ਜੇ ਸਰ ਪਤਾ ਨਹੀਂ ਇਹਦਾ ਕੀ ਇਹਦੇ ਜਨਾਨੀ ਕਰਕੇ ਔਰਤ ਕਰਕੇ ਇਹਦੇ ਪੰਜਾਬ ਪੁਲਿਸ ਦੇ ਵਿੱਚ ਹੋਣ ਕਰਕੇ ਇਹਦਾ ਦਬਾਅ ਹੈ ਕਿਹੜੀ ਗੱਲੋਂ ਇਹਦਾ ਦਬਾਅ ਹੈ ਸਾਡੀ ਫਿਰ ਸੁਣਵਾਈ ਨਹੀਂ ਹੁੰਦੀ ਅਸੀਂ ਦੁਖੀ ਹੋ ਕੇ ਫਿਰ ਘਰ ਬਹਿ ਜਾਂਦੇ ਅਸੀਂ ਕਿਹੜੇ ਮੋਹਤਬਾਰ ਬੰਦੇ ਕੋਲ ਜਾਂ ਕਿਹੜੇ ਅਸੀਂ ਲੀਡਰ ਕੋਲ ਨਹੀਂ ਗਏ ਅਸੀਂ ਇਹਨਾਂ ਇਹਨੇ ਧੱਕੇ ਖਾ ਹਟੇ ਆ 7 ਸਾਲਾਂ ਦੇ ਵਿੱਚ ਸਾਨੂੰ ਪਤਾ ਸਾਡਾ ਘਰ ਜੁੜ ਗਿਆ ਇਹਨੇ ਤਾਂ ਇਹਨੂੰ ਪੁੱਛੋ ਤੇਰਾ ਰੋਲ ਕੀ ਹੈ ਘਰ ਦੇ ਵਿੱਚ ਕੋਈ 2 ਰੁਪਈਆਂ ਦਾ ਰੋਲ ਹੋਵੇ ਤਾਂ ਮੈਂ ਝੂਠਾਂ ਦੇਣਦਾਰ ਹਾਂ ਨਾ ਇਹਨੇ ਸਾਨੂੰ ਕੋਈ ਇਹਦਾ ਸੁੱਖ ਆ ਨਾ ਇਹਨੇ ਸਾਡੇ ਘਰ ਆਣ ਕੇ ਕੰਮ ਕੀਤਾ ਪੱਕੀ ਪਕਾਈ 'ਤੇ ਬਹਿ ਜਾਂਦੀ ਪੱਕੀ ਪਕਾਈ ਖਾ ਕੇ ਤੁਰ ਜਾਂਦੀ ਆ ਰਾਤ ਕੱਟਣ ਆਉਂਦੀ ਆ ਜੇ ਇਸਦੀ ਮਾਤਾ ਨੂੰ ਕਿਹਾ ਵੀ ਇਹਨੂੰ ਘਰੇ ਲਾਇਆ ਉਹਦੀ ਕੁੜੀ ਵਸੂ ਜਿਸ ਤੋਂ ਬਾਅਦ ਪਤਨੀ ਦਾ ਵੀ ਇਲਜ਼ਾਮ ਆ ਕਿ ਮੇਰੇ ਪਤੀ ਦਾ ਨਜਾਇਜ਼ ਸਬੰਧ ਹੈ ਹਾਂਜੀ ਕੀ ਨਾਮ ਜੀ ਤੁਹਾਡਾ ਬਲਜੀਤ ਕੌਰ ਇਹ ਮੈਂ ਸਵੇਰੇ ਜਦੋਂ ਡਿਊਟੀ ਤੋਂ ਆਉਣ ਲੱਗੀ ਸੀ ਨਾ ਉਦੋਂ ਮੈਂ ਆਪਣੇ ਬੇਟੇ ਨੂੰ ਮੇਰਾ ਜ਼ਿੱਦ ਕਰਦਾ ਸੀ ਬੇਟਾ ਵੀ ਮੈਂ ਵੀ ਨਾਲ ਜਾਣਾ ਮੈਂ ਉਹਨੂੰ ਨਾਲ ਲੈ ਕੇ ਆਉਣ ਲੱਗੀ ਸੀ ਅਤੇ ਮੇਰਾ ਸਹੁਰਾ ਖਿੱਚਣ ਗਿਆ ਉਹਨੂੰ ਮਗਰ ਸਾਡੇ ਭੱਜਾ ਐਕਟਿਵਾ ਦੇ ਅਤੇ ਘਰੇ ਇਹਨਾਂ ਨੇ ਫੜ ਲਿਆ ਆਹ ਚੀਜ਼ਾਂ ਸਭ ਕੁਝ ਸਹੁਰੇ ਨੇ ਕੀਤਾ ਘਰੇ ਨਾਲੇ ਮੇਰੇ ਹਸਬੈਂਡ ਨੇ ਸੱਟ ਵੀ ਲਾਤੇ ਲੱਗੀ ਹੈ ਕਿੰਨੇ ਮਾਰੀ ਗਈ ਇਹ ਰਸਤੇ 'ਚ ਜਦੋਂ ਅਸੀਂ ਆਏ ਨਾ ਰਸਤੇ ਜਦੋਂ ਦਵਾਈ ਦਵੀ ਲੈ ਕੇ ਅਤੇ ਡੈਡੀ ਕਹਿੰਦੇ ਵੀ ਚੱਲ ਮੈਂ ਤੂੰ ਗਾਂਹ ਚੱਲ ਜਾ ਅਤੇ ਮੈਂ ਪਿੱਛੇ ਮੁੜਾਂਗੀ ਇਹ ਆ ਕੇ ਘਰਿਆਲੇ ਦੇ ਅਤੇ ਬੋਪਾ ਰਾਏ ਦੇ ਵਿਚਕਾਰ ਜਿਹੜਾ ਮੂਸਿਆਲ ਨੂੰ ਜਾਂਦੀ ਸੜਕ ਚੂਸਲੇ ਵਾਲਿਆਂ ਨੂੰ ਸੱਚ ਉੱਥੇ ਇਹਨਾਂ ਨੇ ਆਹ ਦਾਤਰ ਮਾਰਿਆ ਕਿੰਨੇ ਮਾਰਿਆ ਇਹ ਮੇਰੇ ਦਿਓਰ ਨੇ ਦਾਤਰ ਮਾਰਿਆ ਅਤੇ ਇੱਥੇ ਮੁੱਠ ਉੱਠ ਹੁੰਦੀ ਨਾ ਇੱਥੇ ਮੇਰੇ ਹਸਬੈਂਡ ਨੇ ਵੀ ਮਾਰੀ ਆ ਅੱਜ ਸਦਰ ਪੱਟੀ ਵੀ ਦਿੱਤੀ ਆ 181-112 ਤੇ ਵਲਟੋਈ ਥਾਣੇ ਦਿੱਤੀ ਦਰਅਸਲ ਮਾਮਲਾ ਦਿਵਾਲੀ ਦਾ ਹੈ ਉਸੇ ਦਿਨ ਜਿਹੜੀ ਪੁਲਿਸ ਵਾਲੀ ਆ ਉਹ ਜਾ ਰਹੀ ਸੀ ਤਾਂ ਉਸਦਾ ਕੁਝ ਝਗੜਾ ਹੋ ਜਾਂਦਾ ਆਪਣੀ ਸੱਸ ਦੇ ਨਾਲ ਜਿਸ ਤੋਂ ਬਾਅਦ ਸੱਸ ਨੂੰ ਬੁਰੀ ਬੇਰਹਿਮੀ ਦੇ ਨਾਲ ਨੂੰਹ ਦੇ ਵੱਲੋਂ ਕੁੱਟਿਆ ਜਾਂਦਾ ਹੈ ਜਿਸ ਤੋਂ ਬਾਅਦ ਸੱਸ ਪੁਲਿਸ ਥਾਣੇ ਦੇ ਵਿੱਚ ਰਿਪੋਰਟ ਲਿਖਾ ਦਿੰਦੀ ਹੈ ਪਰ ਉਧਰ ਜਦੋਂ ਪੁਲਿਸ ਵਾਲੀ ਦਾ ਅੱਜ ਦਾ ਨਾਮ ਅਮਨ ਜੀ ਦੱਸਿਆ ਜਾ ਰਿਹਾ ਉਸਦਾ ਕਹਿਣਾ ਹੈ ਕਿ ਮੇਰੇ ਨਾਲ ਜੋ ਸਹੁਰੇ ਪਰਿਵਾਰ ਨੇ
ਬੁਰੀ ਰਹਿਮੀ ਦੇ ਨਾਲ ਕੁੱਟਮਾਰ ਕੀਤੀ ਹੈ, ਮੇਰੇ ਤੇ ਜਿਹੜੀਆਂ ਸੱਟਾਂ ਮਾਰੀਆਂ, ਜਿਸ ਤੋਂ ਬਾਅਦ ਪੁਲਿਸ ਵਾਲੇ ਦਾ ਇਹ ਵੀ ਕਹਿਣਾ ਹੈ ਕਿ ਮੇਰੇ ਤੇ ਇਹ ਝੂਠੇ ਮੁਕੱਦਮਾ ਦਰਜ ਕਰਵਾਇਆ ਗਿਆ ਹੈ, ਝੂਠਾ ਇਲਜ਼ਾਮ ਲਗਾਇਆ ਹੈ। ਸਰ ਇੱਕ ਝਗੜੇ ਦਾ ਕਲੈਸ਼ ਦਾ ਜਿਹੜਾ ਕੇਸ ਆਇਆ ਸਰ, ਉਹ ਕੀ ਮਾਮਲਾ ਹੈਗਾ ਸਾਰਾ? ਇੱਕ ਲੇਡੀਜ਼ ਕਾਂਸਟੇਬਲ ਆ ਪੁਲਿਸ ਵਿੱਚ ਨਾ ਦਾ, ਇੱਕ ਪਾਸੇ ਉਹਨਾਂ ਦੇ ਸਹੁਰੇ ਪਰਿਵਾਰ ਤੋਂ ਤੰਗ ਪਛਾਣ ਦਾ, ਜਾਂ ਕੀ ਮਾਮਲੇ ਨੇ ਦੋਨਾਂ ਪਾਸੇ? ਉਹਦੇ ਚੋਰੀ ਆਪਣੇ ਸਹੁਰਿਆਂ ਨਾਲ ਝਗੜਾ ਹੋਇਆ ਘਰ, ਜਿਹਦੇ ਸੰਬੰਧ ਵਿੱਚ ਅਸੀਂ ਕੇਸ ਰਜਿਸਟਰ ਕਰ ਦਿੱਤਾ ਹੈ, ਬਾਕੀ ਇਨਵੈਸਟੀਗੇਸ਼ਨ ਜਾਰੀ ਹੈ। ਜੋ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਸੁਧਾਰ ਤੇ ਅਗਲੀ ਕਾਰਵਾਈ ਕੀਤੀ ਜਾਊ। ਸੱਸ ਦੀ ਵੀ ਉਹਦੀ ਵੀ ਸੱਟਾਂ ਸੁੱਟਾਂ ਲੱਗੀਆਂ ਸੀ? ਉਹਦੀਆਂ ਲੱਗੀਆਂ। ਹਾਂਜੀ, ਮਤਲਬ ਦੋਵਾਂ ਧਿਰਾਂ ਦੀਆਂ ਸੱਟਾਂ ਲੱਗੀਆਂ। ਹਾਂਜੀ ਹਾਂਜੀ। ਅਤੇ ਕੇਸ ਰਜਿਸਟਰ ਜਿਹੜਾ ਸਰ ਹੋਇਆ, ਉਹ ਇੱਕ ਆਪਣੇ ਥਾਣਾ ਪੱਟੀ 'ਚ ਹੋਇਆ? ਇੱਕ ਉਹਨਾਂ ਨੇ ਬਕੂਆ ਥਾਣਾ ਪੱਟੀ ਦਾ, ਇੱਕ ਬਟੋਏ ਦਾ। ਅਤੇ ਕੀ ਸਰ ਮਾਮਲਾ ਕੀਤਾ ਗਿਆ ਇਨਵੈਸਟੀਗੇਸ਼ਨ?